ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਜਗਾਉਣ ਲਈ ਦਲਬੀਰ ਦੇ ਪਰਿਵਾਰ ਅਤੇ ਯੂਥ ਅਕਾਲੀ ਦਲ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਬਟਾਲਾ ਦੇ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਐਸਐਸਪੀ ਬਟਾਲਾ ਦੇ ਦਫ਼ਤਰ ਦੇ ਬਾਹਰ ਜਾ ਕੇ ਖਤਮ ਹੋਇਆ। ਇਸ ਮੌਕੇ ਅਕਾਲੀ ਆਗੂ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਦੇ ਵਿੱਚ ਨਾਕਾਮਯਾਬ ਸਿੱਧ ਹੋ ਰਹੀ ਹੈ। ਦਲਬੀਰ ਸਿੰਘ ਦਾ ਜੋ ਪਿਛਲੇ ਦਿਨੀ ਕਤਲ ਹੋਇਆ ਸੀਗਾ ਉਹਦੇ ਸਬੰਧ ਦੇ ਵਿੱਚ ਪਰਿਵਾਰ ਦੇ ਮੈਂਬਰ ਅਤੇ ਉਹਦੇ ਦੋਸਤ ਮਿੱਤਰ ਅਸੀਂ ਅੱਜ ਬਟਾਲੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢ ਰਹੇ ਹਾਂ। ਕੈਂਡਲ ਮਾਰਚ ਦਾ ਸੰਦੇਸ਼ ਹੈ ਕਿ ਜਿਹੜੀ ਸੁੱਤੀ ਹੋਈ ਪੁਲਿਸ ਹੈ, ਕਿਉਂਕਿ ਅੱਜ ਕਰੀਬ 13 ਦਿਨ ਦੇ ਕਰੀਬ ਹੋ ਗਏ ਨੇ ਦਲਬੀਰ ਦਾ ਕਤਲ ਹੋਏ ਹੋਏ, ਲੇਕਿਨ ਪੁਲਿਸ ਨੇ ਸਿਰਫ ਇੱਕ ਕਾਤਲ ਫੜਿਆ ਹੈ, ਉਹ ਵੀ ਐਡਾ ਮੇਜਰ ਕਾਤਲ ਨਹੀਂ ਗਾ ਜਿਹਨੂੰ ਸਿਰਫ ਇਹਨਾਂ ਨੇ ਇੱਕ ਜਿਹੜੀ ਕਿ ਲੋਕਾਂ ਦੇ ਵਿੱਚ ਰੋਸ ਆ ਰਿਹਾ ਸੀਗਾ ਉਸ ਬੰਦੇ ਨੂੰ ਪੇਸ਼ ਕਰਾ ਕੇ ਇਹਨਾਂ ਨੇ ਸਿਰਫ ਆਪਣਾ ਪੱਲਾ ਝਾੜਿਆ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਬਿਲਕੁਲ ਫੇਲ ਹੋ ਗਈ ਹੈ, ਸਰਕਾਰ ਫੇਲ ਹੋ ਗਈ ਹੈ, ਕਿਉਂਕਿ ਦਲਬੀਰ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਪਿੱਛੇ ਪਰਿਵਾਰ ਜਿਹੜਾ ਕਿ ਬਹੁਤ ਹੀ ਸਦਮੇ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ ਹੈ। ਦੂਜੇ ਪਾਸੇ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਮੈਂ ਦਲਬੀਰ ਸਿੰਘ ਦਾ ਛੋਟਾ ਬੇਟਾ, ਸਾਡੇ ਪਿਓ ਦਾ ਕਤਲ ਹੋਇਆ 13 ਦਿਨ ਹੋ ਗਏ ਆ, ਪਰ ਅਜੇ ਤੱਕ ਕੋਈ ਇਹਨੂੰ ਇਨਸਾਫ਼ ਨਹੀਂ ਮਿਲਿਆ। ਅਸੀਂ ਇਹੀ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਇਨਸਾਫ਼ ਦਿਓ, ਨਹੀਂ ਤਾਂ ਅਸੀਂ ਰੋਡ ਮੋਰਚੇ ਲਾਵਾਂਗੇ, ਫਿਰ ਸਾਰੀ ਸਰਕਾਰ ਦੁਖੀ ਹੋਊਗੀ ਅੱਜ ਤੋਂ, ਅਸੀਂ ਨਹੀਂ ਤਾਂ ਫਿਰ ਆਪ ਕੋਈ ਕਦਮ ਚੁੱਕਣ ਨੂੰ ਮਜਬੂਰ ਹੋਵਾਂਗੇ। ਮੈਂ ਇਹੀ ਤੁਹਾਡੇ ਤੋਂ ਕਹਿੰਦਾ ਵੀ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੱਢੋ, ਇਹਦਾ ਸਾਨੂੰ ਆਪਣਾ ਕੋਈ ਹੱਲ ਦੇਖਣਾ ਪਊਗਾ। ਅਸੀਂ ਸਰਕਾਰ ਨੂੰ ਫਿਰ ਅੱਗੇ ਲਾਵਾਂਗੇ, ਜੋ ਕੀਤਾ ਜੋ ਕਰਾਂਗੇ ਅਸੀਂ ਆਪ ਕਰਾਂਗੇ। ਬਟਾਲਾ ਤੋਂ ਵਿਕਰਮ ਚੀਮਾ ਦੀ ਰਿਪੋਰਟ। ਦੈਨਿਕ ਸਵੇਰਾ ਇਸ ਵਾਰ ਨਿਕਲਿਆ ਇੱਕ ਅਜਿਹੇ ਪੈਂਡੇ 'ਤੇ ਜਿੱਥੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਚਾਲੇ ਪਾਏ, ਜਿੱਥੇ ਘਮਾਸਾਨ ਜੰਗਾਂ ਹੋਈਆਂ, ਜਿੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ। ਜਿੱਥੇ 10 ਲੱਖ ਫੌਜਾਂ ਦੇ ਨਾਲ ਲੜਦਿਆਂ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਰਾਹਾਂ ਤੇ ਦਾਦੀ ਮਾਂ ਦੇ ਨਾਲ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦਾ ਅਡੋਲ ਸਿਦਕ ਪੋਦੀਆਂ ਠੰਡੀਆਂ ਰਾਤਾਂ ਵੀ ਮੱਠੀਆਂ ਕਰ ਗਿਆ। ਦੇਖਣਾ ਨਾ ਭੁੱਲਣਾ ਸ਼ਹੀਦੀ ਪੈਂਡੇ ਦੀਆਂ ਉਹ 6 ਰਾਤਾਂ ਜਿਸਨੇ ਸਿੱਖ ਕੌਮ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ। ਸਿਰਫ ਤੇ ਸਿਰਫ ਦੈਨਿਕ ਸਵੇਰਾ ਤੇ ਹਰ ਰੋਜ਼ ਸਵੇਰੇ 8 ਵਜੇ।